ਹਾਈ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਲੇਬਰ ਇਨਸਪੈਕਟਰ ਦਾ ਸਿਲੇਬਸ ਜਿਹੜਾ ਹੈ ਆਊਟ ਹੋ ਗਿਆ ਹੈ ਹਨਾ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਕੀ ਬੁੱਕ ਲਿਸਟ ਆਪਾਂ ਫੋਲੋ ਕਰ ਸਕਦੇ ਆ ਤੇ ਸਿਲੇਬਸ ਜਿਹੜਾ ਹੈ ਇਸ ਨੂੰ ਟਾਈਮਲੀ ਕਿਵੇਂ ਕੰਪਲੀਟ ਕਰਨਾ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਪ੍ਰੀਪਰੇਸ਼ਨ ਜਿਹੜੀ ਹੈ ਸਟਾਰਟ ਕਰਨੀ ਹੈ ਅਗਰ ਹਜੇ ਤੱਕ ਸਟਾਰਟ ਨਹੀਂ ਕੀਤੀ ਹੈ ਇਸ ਚੀਜ਼ ਦੇ ਬਾਰੇ ਇਹ ਸਾਰੀ ਵੀਡੀਓ ਹੈ ਬਹੁਤ ਧਿਆਨ ਦੇ ਨਾਲ ਦੇਖਣਾ ਕਿਉਂਕਿ ਬਹੁਤ ساری ਚੀਜ਼ਾਂ ਤੁਹਾਨੂੰ ਪਤਾ ਲੱਗੇਗੀ ਸ਼ੁਰੂਆਤ ਦੇ ਵਿੱਚ ਹੀ ਅਗਰ ਇਹ ਵੀਡੀਓ ਦੇਖ ਲੋਗੇ ਤਾਂ ਬਹੁਤ ਸਾਰੀ ਅਦਾਦੀ ਮਿਸਟੇਕਸ ਹੈ ਜੋ ਤੁਸੀਂ ਨਹੀਂ ਕਰੋਗੇ ਠੀਕ ਹੈ ਤੇ ਤਿਆਰੀ ਥੋੜੀ ਜੀ ਈਜ਼ੀ ਹੋ ਜਾਏਗੀ ਆਪਣੀ ਤਾਂ ਲੇਬਰ ਇਨਸਪੈਕਟਰ ਗ੍ਰੇਡ 1 ਦਾ ਪੇਪਰ ਜਿਹੜਾ ਹੈ ਕੁਝ ਉਸੇ ਤਰੀਕੇ ਨਾਲ ਰਿਹਾ ਜੋ ਬਾਕੀ ਪੀਐਸਬੀ ਦੇ ਪੇਪਰ ਜਿਵੇਂ ਆਉਂਦੇ ਐ ਐਸ ਐਕਸਪੈਕਟਿਡ ਤਾਂ ਜਿਹੜਾ 2 ਘੰਟੇ ਦਾ 2 ਘੰਟੇ 3 ਮਿੰਟ ਦਾ ਜਿਹੜਾ ਹੈ ਪਾਰਟਿਕੁਲਰਲੀ ਐਗਜ਼ਾਮ ਹੋਏਗਾ ਦੋ ਪਾਰਟਸ ਤੇ ਡਿਵਾਈਡਿਡ जिदा सारे एग्जाम्स होंगे पार्ट ए पंजाबी और क्वालिफाइंग इन नेचर होएगा नंबर ऑफ क्वेश्चन किन्ने पंजा एंड नंबर ऑफ मार्क्स किए फिफ्टी यानी कि वन मार्क्स का एक क्वेश्चन होएगा क्वालिफाइंग है यदा मतलब की है कि भाई तू तो जे मार्क्स जोड़े एटलीस्ट एफी परसेंट जो है लेने ओर नैगटिव मार्किंग नहीं है पार्ट एच कोई भी नैगेटिव मार्किंग नहीं है तो डरन की लड़ नहीं हैगी आराम क्वालीफाई तो कर लो ट्वेंटी फाइव मार्क्स का ले लो हूँ जो दूजा सैक्शन आँदा है ये सिलेक्शन मेनली देगा जिहे करके जोड़ा थोड़ा एग्जाम है कह लो क्लीयर होएगा जिम्मे क्वेश्चन जोड़े है जनरल नॉलेज तो है करंट तो है पाबी की हिस्टरी तो है लॉजिकल रीजनिंग मैंटल इंग्लिश, पंजाबी, पजाबी कंप्यूटर और टोटल क्वेश्चन किन्ने आन हंड्रड कोशनस आन हंड्रड मार्क्स के मतलब की है कि एक मार्क्स का एक कोश्चन जोड़ा है होएगा देन फर्दर सिलेबस की रखा है सब तो पहला तो पार्ट बी के नेगेटिव मार्किंग होएगी अगर तुम एक क्वेश्चन गलत कर दटा तो चार मार्क्स जोड़े है थोड़े कटे जाएंगे सो uh, so, पंजाबी का क्वालिफाइंग uh, उन्होंने जोड़ा पेपर का सिलेबस दस्या है जेडे पिछले पी ट्रिपल एस बी दिलेबस देकॉर्डिंगली रखे गए उ सिलेबस सेम है ये कोई भी चेंज नहीं है दैन फरदर आंदा है जो मेन जिसनों आप कही जनरल नॉलेज जे तीन देखोगे तो करंट अफेयरस देखोगे टोटल किन्ने मार्क्स है ट्वेंटी फाइव मार्क्स ठीक है वेटेजना ने ट्वेंटी फाइव मार्क्स रखी है एच पॉलिटी इशूज इनवायरमेंट इशूज करंट अफेयर सैंस एंड टेक्नोलॉजी इक इकोनमिक इशू हिस्ट्री ऑफ इंडिया विद स्पेसल रेफरेंस टू इंडियन फ्रीडम स्ट्रगल स्पोर्ट्स कैटेगरी हो गई ठीक है सिनेमा एंड लिटरेचर एंड द जोग्रफी से हूँ सब तो पहला था ਇਦੇ ਬਾਰੇ ਆਪਾਂ ਜਾਣ ਲੈਨੇ ਫਰਸਟ ਸੈਕਸ਼ਨ ਦੇ ਬਾਰੇ ਗੱਲ ਕਰ ਰਹੇ ਹਾਂ ਤੇ ਇਹਦੀ ਪ੍ਰੇਪਰੇਸ਼ਨ ਜਿਹੜੀ ਆਪਾਂ ਕਿਵੇਂ ਕਰਨੀ ਹੈ ਉਸ ਤੋਂ ਬਾਅਦ ਮੈਂ ਬਾਕੀ ਸੈਕਸ਼ਨ ਦੇ ਬਾਰੇ ਤੁਹਾਨੂੰ ਦੱਸਾਂਗੀ ਦੇਖੋ 25 ਮਾਰਕਸ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਭਈ 25 ਮਾਰਕਸ ਦਾ ਅਗਰ ਸਾਨੂੰ ਪੇਪਰ ਜਿਹੜਾ ਹੈ ਕੁਐਸਚਨ ਜਿਹੜੇ 25 ਮਾਰਕਸ ਦੀ ਪੂਰੀ ਜੀਕੇ ਜੀਐਸ ਆ ਰਹੀ ਹੈ ਤਾਂ ਮੈਂ ਇਹ ਮੰਨ ਕੇ ਚੱਲਦੀ ਹਾਂ ਕਿ ਭਈ ਪੋਲਿਟੀ ਦੇ ਐਟਲੀਸਟ ਮੈਨੂੰ ਤਿੰਨ ਕੁਐਸਚਨ ਜਿਹੜੇ ਹੈ ਦੇਖਣ ਨੂੰ ਮਿਲ ਜਾਣਗੇ ठीक है थ्री क्वेश्चंस मैंने पॉलिटी देखने को मिलेंगे इनवायरमेंट इश्यूज उसी दो क्वेश्चंस या एक क्वेश्चन जोड़ा मान के चलो ज़्यादा क्वेश्चन पी ट्रिपल एस भी इनवायरमेंट पाई ही नहीं है एक अद्धा क्वेश्चन या दो क्वेश्चन ही पा रही है करंट अफेयरस क्वेश्चन एटलीस्ट आए या आने गए फाइव क्वेश्चन थोड़ा मिनीम है ये एग्जामीनर इनू छे से भी लैके जा सकता है साइंस एंड टैक्नोलॉजी पर दो या तीन क्वेश्चन एक्सपैक्ट कर सकते हो बेसिक सैंस तो बेसिक सैंस का मतलब है फिजिक्स केमिस्ट्री बायो ਪਲੱਸ ਇਹਦੇ ਵਿੱਚ ਕਰੰਟ ਅਫੇਅਰਸ ਨੂੰ ਮਿਕਸ ਕਰਕੇ ਵੀ ਐਗਜ਼ਾਮੀਨਰ ਕੁਸ਼ਨ ਬਣਾ ਸਕਦਾ ਹੈ ਇਕਨੋਮਿਕ ਇਸ਼ੂਜ਼ ਦੇ ਵਿੱਚ ਕੋਈ ਕਰੰਟ ਅਫੇਅਰ ਜ਼ਿਆਦਾ ਤੁਹਾਨੂੰ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਇਕਨੋਮਿਕ ਇਸ਼ੂਜ਼ ਨਾਰਮਲ ਇਕਨੋਮਿਕਸ ਦੇ ਕਨਸੈਪਟ ਆਉਂਦੇ ਹੈ ਜਿਵੇਂ ਤੁਹਾਨੂੰ ਪੁੱਛਿਆ ਜਾਏਗਾ ਨੈਸ਼ਨਲ ਇਨਕਮ ਕੀ ਹੁੰਦੀ ਹੈ ਠੀਕ ਹੈ ਇਦਾਂ ਦੇ ਕੁਸ਼ਨਸ ਆ ਨਾਰਮਲ ਇਕਨੋਮਿਕਸ ਤੁਸੀਂ ਕਰਨੀ ਹੈ ਠੀਕ ਹੈ ਇਹਦੇ ਵਿੱਚੋਂ ਤੁਸੀਂ ਇੱਕ ਜਾਂ ਦੋ ਕੁਸ਼ਨ ਐਕਸਪੈਕਟ ਕਰ ਸਕਦੇ ਹੋ ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ ਟੂ ਫਰੀडम ਸਟਰਗਲ ਮੂਵਮੈਂਟ ਅ ਇਹਦੇ ਵਿੱਚ ਆਪਾਂ ਕਹੀਏ ਤਿੰਨ ਕੁਐਸਚਨ ਐਟਲੀਸਟ ਸਪੋਰਟਸ ਕੈਟਾਗਰੀ ਦੇ ਵਿੱਚ ਕਰੰਟ ਅਫੇਅਰਸ ਦੇ ਵਿੱਚ ਹੀ ਕਵਰ ਹੋ ਜਾਏਗਾ ਸੈਪਰੇਟਲੀ ਇਹਨੂੰ ਕਰਨ ਦੀ ਲੋੜ ਨਹੀਂ ਸਿਨੇਮਾ ਐਂਡ ਲਿਟਰੇਚਰ ਵੀ ਜੀਓਗ੍ਰਾਫੀ ਦੇ ਵਿੱਚੋਂ ਐਟਲੀਸਟ ਤੁਸੀਂ ਦੋ ਜਾਂ ਤਿੰਨ ਕੁਐਸਚਨ ਐਕਸਪੈਕਟ ਕਰ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਤੁਹਾਡਾ ਜੀਕੇ ਜੀਐਸ ਦਾ ਜਿਹੜਾ ਪੇਪਰ ਹੈ ਪੂਰਾ ਬਨੇਗਾ ਹੁਣ ਇਸੇ ਪ੍ਰੇਪਰੇਸ਼ਨ ਕੇ ਵਿੱਚ ਸਟਾਰਟ ਕਰਨੀ ਹੈ ਸੋ ਫਸਟ ਆਫ ਆਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਪੇਪਰ ਦੀ ਤਿਆਰੀ ਕਰ ਰਹੇ ਹੋ ਤੁਸੀਂ ਪੀਟ੍ਰਪਲ ایسਬੀ ਲੈਵਰ ਇਨਸਪੈਕਟਰ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਕੋਈ ਕਲਰਕ ਲੈਵਲ ਇਗਜ਼ਾਮ ਦੀ ਤਿਆਰੀ ਨਹੀਂ ਕਰ ਰਹੇ ਹੋ ਇਟ ਮੀਨਸ ਕੀ ਹੈ ਕਿ ਤੁਹਾਨੂੰ ਲੈਵਲ ਆਫ ਕੁਐਸਚਨ ਜਿਹੜੇ ਅੱਛੇ ਮਿਲ ਸਕਦੇ ਸਟੇਟਮੈਂਟ ਵਾਈਜ਼ ਵੀ ਮਿਲ ਸਕਦੇ ਆ ਰਾਈਟ ਤਾਂ ਆਪਾਂ ਕੀ ਕਰਨਾ ਹੈਗਾ ਤਿਆਰੀ ਅੱਛੇ ਨਾਲ ਕਰਨੀ ਹੈਗੀ ਸਟੈਂਡਰਡ ਬੁੱਕਸ ਨੂੰ ਆਪਾਂ ਫਾਲੋਅ ਅਪ ਕਰ ਸਕਦੇ ਆਂ ਯਕੋ ਯੱਚ ਟੀਚਰਸ ਨੂੰ ਫੋਲੋ ਕਰ ਸਕਦੇ ਆ ਜੋ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਪੂਰਾ ਅچھے ਤਰੀਕੇ ਨਾਲ ਸਾਰਾ ਸਿਲੇਬਸ ਜਿਹੜਾ ਹੈ ਅ ਅچھے ਕਨਸੈਪਟਲ ਨੋਲਿਜ ਸਵੇ ਠੀਕ ਹੈ ਤਾਂ ਪੋਲੀਟੀ ਦੇ ਲਈ ਤੁਸੀਂ ਕੀ ਕਰਨਾ ਹੈਗਾ ਅਗਰ ਤੁਹਾਡੇ ਕੋਲ ਟਾਈਮ ਐਨਫ ਹੈਗਾ ਜਾਂ ਪੋਲੀਟੀ ਤੁਸੀਂ ਪਹਿਲਾਂ ਪੜ੍ਹੀ ਹੋਈ ਹੈ ਵੈਲ ਐਂਡ ਗੁੱਡ ਤਾਂ ਤੁਸੀਂ ਕੀ ਕਰ ਸਕਦੇ ਹੋ ਯੂਪੀਐਸਸੀ ਸੀਡੀਐਸ ਦੇ ਪੇਪਰ ਰੈਫਰ ਕਰ ਸਕਦੇ ਹੋ ਯੂਪੀਐਸਸੀ ਸੀਰੀਜ਼ ਦੇ ਪ੍ਰੀਵੀਅਸ ইয়ারਜ਼ ਜਿਹੜੇ ਕੁਐਸਚਨਸ ਹੈਗੇ ਉਹਨਾਂ ਨੂੰ ਰੈਫਰ ਕਰੋ ਇੱਕ ਇੱਕ ਕੁਐਸਚਨ ਸੋਲਵ ਕਰੋ ਤੁਹਾਡੀ ਕਾਫੀ ਹੱਦ ਤੱਕ ਜਿਹੜੇ ਹੈ ਉਹ ਉਹਨਾਂ ਦੇ ਵਿੱਚ ਜਿਹੜੇ ਚੈਪਟਰਸ ਪੁੱਛੇ ਗਏ ਨੇ ਜਿਵੇਂ ਕਿ ਫੰਡਾਮੈਂਟਲ ਰਾਈਟ ਡਾਇਰੈਕਟਿਵ ਪ੍ਰਿੰਸੀਪਲ ਆਫ ਦਿ ਸਟੇਟ ਪਾਲਿਸੀ ਪ੍ਰੈਜ਼ੀਡੈਂਟ ਠੀਕ ਹੈ ਇਹ ਸਾਰਾ ਜਿਹੜਾ ਹੈ ਇਦਾਂ ਦੇ ਚੈਪਟਰਸ ਜਿਹੜੇ ਹੁੰਦੇ ਆ ਉਹ ਕਵਰ ਅਪ ਕਰੋ ਇੱਕ ਸੋਰਸ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਸੋਰਸ ਕੀ ਹੈ ਓਨਲੀ ਆਈਐਸ ਦੀ ਅਗਰ ਗੱਲ ਕਰੀਏ ਓਨਲੀ ਆਈਐ ਦਿਕ ਬੁੱਕ ਆਂਦੀ ਹੈ ਆ ਪੋਲੀਟਰੀ ਠੀਕ ਹੈ ਪੋਲੀਟੀ ਦੀ ਓਨਲੀ ਆਈਐਸਡੀ ਇਹ ਤੁਹਾਨੂੰ ਟੈਲੀਗ੍ਰਾਮਸ ਤੇ ਪੀਡੀਐਫਸ ਵੀ ਮਿਲ ਜਾਣਗੇ ਈਵਨਲੀ पी भी मिल जाएंगे अगर ओनली आई एस पॉलिटी सर्च करोंगे बहुत अच्छी बनी हुई है बुक उन रैफर कर लो पॉलिटी थोड़ी काफ़ी हद तक उतु कवर हो सकती है अगर तुम बुक पूरा लोंगे, न पूरा पढ़ लो अच्छे तरीके जे पॉलिटी पहले पढ़ी हुई है तो पॉलिटी के क्वेश्चन थोड़े कितने नहीं जाते सेम एज़ विद हिस्सरी ऑलसो बट एल बच्चा नॉलेज होनी जरूरी है ता ही इन चीज़ याद कर सकोगे ठीक है तो ਇਹ ਵਾਲਾ ਰੈਫਰ ਕਰ ਸਕਦੇ ਹੋ এনवायरमेंट ਇਸ਼ੂਸ ਲਈ ਕੀ ਕਰ ਸਕਦੇ ਹੋ ਬੇਸਿਕ এনवायरमेंट ਕਰਨੀ ਹੈ ਜਿਵੇਂ ਬਾਇਓਟਿਕ ਅ ਬਾਇਓਟਿਕ ਕੀ ਹੁੰਦਾ ਤਾਂ ਬੇਸਿਕ এনवायरमेंट ਲਿਖੋ ਯੂਪੀਐਸਸੀ ਦੇ ਨੋਟਸ ਇਹ ਕਰ ਸਕਦੇ ਹੋ ਇੱਕ ਸੋਰਸ ਤੁਹਾਨੂੰ ਦੱਸ ਸਕਦੇ ਜੇ ਅੱਛੇ ਨਾਲ ਕਰਨਾ ਹੈ ਪੀਐਮਐਫ ਆਈਐਸ ਦੇ ਨੋਟਸ ਜਿਹੜੇ ਹੈ ਰੈਫਰ ਕਰ ਸਕਦੇ ਹੋ ਪੀਐਮਐਫ ਆਈਐਸ এনवायरमेंट ਦੇ ਵਾਸਤੇ ਕਾਫੀ ਅੱਛਾ ਹੈ ਇਸ ਨੂੰ ਤੁਸੀਂ ਰੈਫਰ ਕਰ ਸਕਦੇ ਹੋ ਕਰੰਟ ਅਫੇਅਰਸ ਦੇ ਵਾਸਤੇ ਅ ਅਗੇਨ ਟੀਚਰ ਰੈਫਰ ਕਰ ਸਕਦੇ ਹਾਂ ਮੇਰੀ ਡੇਲੀ ਕਲਾਸਿਸ ਜਿਹੜੀਆਂ ਨੇ YouTube ਤੇ ਹੁੰਦੀਆਂ ਨੇ ਉਹ ਲਗਾ ਸਕਦੇ ਹੋ ਆਪਣੀ ਕਲਾਸਿਸ YouTube ਤੇ ਡੇਲੀ ਚੱਲ ਰਹੀਆਂ ਨੇ ਕੱਲ ਤੋਂ ਹੀ ਸਟਾਰਟ ਹੋਈਆਂ ਨੇ ਤੁਸੀਂ ਉਹ ਰੈਫਰ ਕਰ ਲਓ ਉਹਦਾ ਲੈਵਲ ਜਿਹੜਾ ਹੈ ਲੇਬਰ ਇਨਸਪੈਕਟਰ ਦੇ ਪੇਪਰ ਨੂੰ ਬਿਲਕੁਲ ਟੱਕਰ ਦੇਗਾ ਠੀਕ ਹੈ ਜਾਂ ਤੁਸੀਂ ਤੁਹਾਨੂੰ ਇੱਕ ਵੈਬਸਾਈਟ ਦੱਸ ਦਿੰਨੀ ਹੂ ਯੂ ਕੈਨ ਰੈਫਰ ਦੈਟ ਅਫੇਅਰਸ ਕਲਾਉਡ ਨਾਮ ਦੀ ਵੈਬਸਾਈਟ ਹੈ ਤੁਸੀਂ ਉਹ ਰੈਫਰ ਕਰ ਸਕਦੇ ਹੋ ਬਹੁਤ ਹੀ ਅੱਛਾ ਉਹਦੇ ਵਿੱਚ ਕੰਟੈਂਟ ਹੈ ਅਫੇਅਰਸ ਕਲਾਉਡ ਮੈਂ ਰਿਪੀਟ ਕਰ ਦਿੰਨੀ ਹਾਂ ਸਾਇੰਸ ਐਂਡ ਟੈਕਨੋਲੋਜੀ ਦੇ ਲਈ ਇੱਕ ਬੁੱਕ ਰੈਫਰ ਕਰਨਾ ਚਾਹੂੰਗੀ ਸੋਰਸਸ ਵੀ ਦੱਸ ਰਹੀਆਂ ਕਿਵੇਂ ਕਰ ਸਕਦੇ ਆ ਸਾਇੰਸ ਐਂਡ ਟੈਕਨੋਲੋਜੀ ਦੇ ਲਈ ਐਨਸਾਈਕਲੋਪ encyclopedia of general science just 120 ya 130 di book hai arihant publication di book hai kafi achhi book hai mere kol khud hai gi hai but ajhe kehlo thodi ji dur pai hai te utthe tak pa ja nahi sakde hege te e jadi book hai general science di achhi book hai sare concept todi ncrt di cover kar legi but ede vich dikkat hai enu padde padde ton time lag jayega ta isliye tusi ki karna science and tech de layi jiwein ncrt pad lo एनसीआर नहीं पाल सकते नेता चैप्टर वाइज तो ही कर लेना जिमें डेली टारगेट करना एक या दो चैप्टर पढ़ने फिर बहुत जल्दी खत्म हो जाएगी ठीक है जोग्राफी दे लिए मैं रेफर करा अगेन पी एम एफ आई एस के नोट्स तू पी डी एफ जी है बहुत आराम मिल जाएगी सर्च करोंगी जोग्राफी पी एम एफ आई एस की काफ़ी अच्छी होंगी है और ये सारे क्वेश्चन जोड़े तो कर सकते हो फैक्चुअल बहुत ध्यान देना ईवनली फैचुअल जोग्राफी भी बहुत ज़्यादा आसक होंगी डैम्स नैशनल पार्कस बायोस्पेयर western coast ਕੀ ਹੁੰਦਾ ਹੈ western ghats ਕੀ ਹੁੰਦੇ eastern ghats ਕੀ ਹੁੰਦੇ ਹੈ acha ah ranges ਦੇ ਬਾਰੇ ਪੁੱਛ ਲਿਤਾ ਜਾਂਦਾ আরাਵਲੀ ਰੇਂਜਸ ਕੀ ਹੈਗੀਆਂ ਨੇ ਤਾਂ ਮੈਪ ਵਾਈਜ਼ ਅੱਛੇ ਤਰੀਕੇ ਨਾਲ ਪੜਨਾ ਇਹ ਤੁਹਾਡੀ ਪੂਰੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਇਸ ਪੂਰੇ ਸਬਜੈਕਟ ਨੂੰ ਪ੍ਰਿਪੇਅਰ ਕਰਨ ਦੇ ਲਈ ਇਹ ਸਾਰੇ ਸੋਰਸਸ ਤੁਸੀਂ ਰੈਫਰ ਕਰਨੇ ਆ ਠੀਕ ਹੈ ਇਹ ਸਾਰੇ ਸੋਰਸਸ ਇਦਾਂ ਦੇ ਸੋਰਸਸ ਹੈ ਜੋ ਮੈਂ ਖੁਦ ਆਪਣੇ ਟਾਈਮ ਤੇ ਰੈਫਰ ਕਰਦੀ ਸੀਗੀ ਔਰ ਵੈਰੀ ਗੁੱਡ ਸੋਰਸਸ ਹੈ ਮੇਰੇ ਦੁਆਰਾ ਇਹਨਾਂ ਨੂੰ ਕਹਿ ਲੋ ਯੂਜ਼ ਕੀਤਾ ਗਿਆ ਈਵਨਲੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਬਕਾਇਦਾ ਮੈਂ ਤੁਹਾਨੂੰ ਦਿਖਾਵਾਂਗੀ ਵੀ ਕਿ ਮੇਰੇ ਕੋਲ ਬਕਾਇਦਾ ਖੁਦ ਹੀ ਬੁੱਕਸ ਜੜੀਆਂ ਨੇ ਪਈਆਂ ਨੇ ਔਰ ਮੈਂ ਰਿਫਰ ਕਰ ਚੁੱਕੀ ਹਾਂ ਤਾਂ ਹੀ ਤੁਹਾਨੂੰ ਦੱਸ ਰਹੀ ਹਾਂ उस तो बाद हूँ ए प्रिपरेशन जी है कि मैं स्टार्ट करनी है ये आप सैपरेट वीडियो मैं क्रिएट कराँगी हाउ टू प्रिपेयर द जी के जी एस ठीक है कि वे प्रिपेयर करनी है ये सोर्स तू दिए एक एक सबजैक्ट लो फटाफट उन्होंने हफ्ते बाय हफ़्ते टाइम पीरियड दो जान लगाओ तो उन्होंने कम्प्लीट करो क्वेश्चन प्रैक्टिस जी यू पी एस ई सी डी एस लैवल की करके जाना या एस एस सी लैवल की इसत तो नीचे नहीं जाना क्योंकि एग्जाम जहाँ है काफ़ी घट्ट पोस्ट है ने ज़्यादा पोस्ट नहीं है और काफ़ी सारे बच्चे जोड़े देने जो पी पी एससी की भी प्रिपरेशन जी कर रहे हैं ਦੈਨ ਫਰਦਰ ਆਪਣੇ ਕੋਲ ਆਂਦਾ ਹੈ ਬੱਚਾ ਪੰਜਾਬ ਦੀ ਹਿਸਟਰੀ ਐਂਡ ਦਾ ਕਲਚਰ ਪੰਜਾਬ ਦੀ ਹਿਸਟਰੀ ਦੀ ਗੱਲ ਕੀਤੀ ਜਾਵੇ ਤੇ ਇਹਦੇ ਲਈ ਤੁਸੀਂ ਬਹੁਤ ਸਾਰੀ ਵੈਬਸਾਈਟਸ ਵੀ ਰੈਫਰ ਕਰ ਸਕਦੇ ਹੋ ਜਾਂ ਬੁੱਕਸ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਦੀਆਂ ਨੇ ਉਹਨਾਂ ਨੂੰ ਰੈਫਰ ਕਰ ਸਕਦੇ ਹੋ ਅਰੀਹੰਤ ਪਬਲਿਕੇਸ਼ਨ ਦੀ ਵੀ ਬੁੱਕ ਕਾਫੀ ਅੱਛੀ ਹੈਗੀ ਵੈਸੇ ਤੁਸੀਂ ਪੰਜਾਬ ਹਿਸਟਰੀ ਦੇ ਲਈ ਸਿੱਖੀਜ਼ਮ ਦੀ ਬਹੁਤ ਅੱਛੀ ਵੈਬਸਾਈਟ ਹੈ ਉਹਨਾਂ ਨੂੰ ਰੀਡ ਆਊਟ ਕਰ ਸਕਦੇ ਹੋ ਸੈਪਰੇਟਲੀ ਇੰਨਾ ਜ਼ਿਆਦਾ ਟਾਈਮ ਨਾ ਲਗਾ ਕੇ ਤੇ ਐਮਸੀਕਿਊ ਜ਼ਿਆਦਾ ਕਵੈਸ਼ਨ ਜਿਹੜੇ ਹੈ ਜ਼ਿਆਦਾ ਸੋਲਵ ਕਰਿਓ ਕਿਉਂਕਿ ਕਵੈਸ਼ਨਸ ਕਰਨ ਦੇ ਨਾਲ ਜ਼ਿਆਦਾ ਅੱਛਾ ਪਤਾ ਲੱਗਦਾ ਹੈ ਕੁਝ ਬੀਏ ਦੀ ਬੁੱਕਸ ਵੀ ਕਾਫੀ ਅੱਛੀ ਹੁੰਦੀਆਂ ਨੇ ਪੰਜਾਬ ਹਿਸਟਰੀ ਦੇ ਵਾਸਤੇ ਤੁਸੀਂ ਉਹ ਵੀ ਰੈਫਰ ਕਰ ਸਕਦੇ ਹੋ ਤੇ ਪੰਜਾਬ ਹਿਸਟਰੀ ਦੇ ਲਈ ਭਗਤੀ ਮੂਵਮੈਂਟ ਸਿੱਖ ਗੁਰੂ ਇਹ ਸਾਰੇ ਆ ਜਾਂਦੇ ਨੇ ਫ੍ਰੀडम ਮੂਵਮੈਂਟਸ ਆਫ ਪੰਜਾਬ ਇਹ ਕਵੈਸ਼ਨ ਜਿਹੜੇ 17 ਮਾਰਕਸ ਦੇ ਏਟਲੀਸ ਪੰਜਾਬ ਹਿਸਟਰੀ ਐਂਡ ਕਲਚਰ ਹੈ ਤਾਂ ਪਲੀਜ਼ ਇਹਦੇ ਉੱਤੇ ਧਿਆਨ ਦੇਣਾ ਕਿਉਂਕਿ ਅਗਰ ਇਹ ਅੱਛੀ ਨਹੀਂ ਹੋਈ ਤਾਂ ਤੁਹਾਡੇ 17 ਮਾਰਕਸ ਸਿੱਧੇ ਹੀ ਲੈਸ ਹੋ ਜਾਣਗੇ ਲੋਜੀਕਲ ਰੀਜ਼ਿੰਗ ਮੈਂਟਲ ਅਬਿਲਟੀ ਦੇ ਲਈ ਆਪਾਂ ਕੀ ਕਰ ਸਕਦੇ ਹੈਗੇ ਆ ਜਿਵੇਂ ਲੋਜੀਕਲ ਰੀਜ਼ਿੰਗ ਦੇ ਲਈ ਤਾਂ ਆਰ ایس ਅਗਰਵਾਲ ਵੈਸੇ ਬਹੁਤ ਹੁੰਦੀ ਹੈ ਪੰਜਾਬ ਦੇ ਐਗਜ਼ਾਮ ਲਈ ਬਟ ਲੈਵਲ ਅੱਜਕਲ ਇਨਕਰੀਜ਼ ਹੁੰਦਾ ਜਾ ਰਿਹਾ ਹੈਗਾ ਠੀਕ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਸਿੰਪਲੀ ਇੱਕ ਚੈਨਲ ਹੈ ਉਹਦੇ ਬਾਰੇ ਮੈਂ ਰੈਫਰ ਕਰਨਾ ਚਾਹਾਂਗੀ ਫੀਲ ਫ੍ਰੀ ਟੂ ਲਰਨ ਠੀਕ ਹੈ ਫੀਲ free to learn ਇਹ ਚੈਨਲ ਇੱਕ ਵਾਰ ਸਰਚ ਕਰਨਾ ਅਗਰ ਤੁਸੀਂ ਅੰਗਰੇਜ਼ੀ ਲੈਂਗੁਏਜ ਜਿਹੜੀ ਇਹ ਸਮਝ पाओ ਠੀਕ ਹੈ ਕਿਉਂਕਿ ਇੰਗਲਿਸ਼ ਦੇ ਵਿੱਚ ਹੈ টিਚਰ ਜਿਹੜੇ ਹੈ ਉਹ ਸਾਊਥ ਦੇ ਆ ਜਾਂਦੇ ਨੇ ਤਾਂ ਇਹਦੇ ਵਿੱਚ ਕੀ ਹੋਏਗਾ ਇਹ ਤਾਂ ਉਹ ਇਥੋਂ ਵੀ ਤੁਸੀਂ ਰੈਫਰ ਕਾਟ ਸਕਦੇ ਹੋ ਆਦਰਵਾਈਸ ਤੁਸੀਂ ਪੇਡ ਕੋਰਸ ਵੀ ਜਿਹੜਾ ਹੈ ਪਰਚੇਸ ਕਰ ਸਕਦੇ ਹੋ ਉਹਦੇ ਥਰੂ ਵੀ ਤੁਸੀਂ ਆਰਾਮ ਨਾਲ ਪੜ ਲਓਗੇ ਮੈਂ ਪੇਡ ਕੋਰਸ ਦਾ অপਸ਼ਨ ਵੀ ਤੁਹਾਨੂੰ ਦੱਸ ਦਿਆਂ ਤੁਸੀਂ ਕੀ ਕਰ ਸਕਦੇ ਹੋ ਤੇ ਲਈ ਪੰਜਾਬੀ ਦੇ ਲਈ ਅਗੇਨ ਬੱਚਾ ਪੀਐਸਸੀਬੀ ਬੋਰਡ ਦੀ ਜਿਹੜੀ ਹੈ ਨੋਰਮਲ ਪੰਜਾਬੀ ਗ੍ਰਾਮਰ ਦੀ ਬੁੱਕ ਤੁਸੀਂ ਕਰ ਲਓ ਤੁਹਾਡੇ ਉੱਥੇ ਸਾਰੇ ਹੋ ਜਾਣਗੇ ਪੰਜਾਬੀ ਲੈਂਗੁਏਜ ਜਿਹੜੀ ਹੈ ਉੱਥੇ ਤੁਸੀਂ ਸਿੱਖ ਸਕਦੇ ਹੋ ਇੰਗਲਿਸ਼ ਦੇ ਲਈ 12 ਮਾਰਕਸ ਦੀ ਇਹ ਸਿੰਪਲ ਸਟ੍ਰੈਟਜੀ ਦਸਾਂਗੀ ਕੋਈ ਖਾਸ ਬੁੱਕ ਨਹੀਂ ਜਿਹੜੀ ਨੀਤੂ ਪਬਲਿਕੇਸ਼ਨ ਦੀ ਬੁੱਕ ਹੈਗੀ ਹੈ ਨੀਤੂ ਪਬਲਿਕੇਸ਼ਨ ਠੀਕ ਹੈ ਨੀਤੂ ਪਬਲਿਕੇਸ਼ਨ ਦੀ ਜਿਹੜੀ ਬੁੱਕ ਹੈ ਉਹ ਰੈਫਰ ਕਰੋ ਕਾਫੀ ਅੱਛੀ ਬੁੱਕ ਹੈ ਉਹ ਤੋਂ ਕਾਫੀ ਸਾਰੀ ਇੰਗਲਿਸ਼ ਸਟੱਡੀ ਹੈ ਥੋੜੀ ਹੋ ਜਾਏਗੀ ਅਗਰ ਨੀਤੂ ਨਹੀਂ ਹੈ ਐਸਪੀ ਬਖਸ਼ੀ ਰੈਫਰ ਕਰ ਲਓ ਆਦਰਵਾਇਸ ਤੁਸੀਂ ਅਗਰ ਕੋਈ ਬੁੱਕ ਰੈਫਰ ਨਹੀਂ ਕਰਨਾ ਚਾਹੁੰਦੇ ਤਾਂ SSC ਦੇ ਪ੍ਰੀਵੀਅਸ ইਅਰਸ ਕੁਐਸਚਨਸ ਦੀ ਬੁੱਕ ਜਿਹੜੀ ਹੈ ਰੈਫਰ ਕਰ ਸਕਦੇ ਹੋ ਕਿਰਨ ਪਬਲਿਕੇਸ਼ਨ ਦੀ ਇਹਦੇ ਵਿੱਚ ਉਹ ਹੀ ਤੁਹਾਨੂੰ ਸਾਰੇ ਕੁਐਸਚਨਸ ਮਿਲ ਜਾਣਗੇ ਧਿਆਨ ਰੱਖਣਾ ਇੰਗਲਿਸ਼ ਦੀ ਪ੍ਰੋਫੈਸ਼ਨ ਦੇ ਵਾਸਤੇ ਇਰੀਅਮਜ਼ ਐਂਡ ਫਰੇਜ਼ੀਸ ਠੀਕ ਹੈ ਵਨ ਵਰਡ ਸਬਸਟੀਟਿਊਸ਼ਨਸ antonyms and synonyms ਇਹ ਸਾਰੇ ਤੁਸੀਂ ਪ੍ਰੀਵੀਅਸ ইয়ারਸ एसएससी ਦੇ ਕਰਕੇ ਜਾਣਾ ਤੁਹਾਡੇ मोस्ट ऑफ द ਕੁਐਸਚਨ ਤੁਹਾਨੂੰ ਉੱਥੇ ਹੀ ਮਿਲ ਜਾਣਗੇ ਇਹ 12 ਮਾਰਕਸ ਤੁਸੀਂ ਆਰਾਮ ਦੇ ਨਾਲ ਅਚੀਵ ਕਰ ਸਕਦੇ ਹੋ ਕੰਪਿਊਟਰ ਦੇ ਲਈ ਠੀਕ ਹੈ ਨਾਰਮਲ ਜਿਹਾ ਲਿਖਿਆ ਹੋਇਆ ਸਿਰਫ ਕੁਐਸਚਨ ਬੈਂਕ ਸੀ ਕਰ ਜੋ ਕੰਪਿਊਟਰ ਦੇ ਬਹੁਤ ਸਾਰੇ ਕੁਐਸਚਨ ਬੈਂਕਸ ਜਿਹੜੇ ਹੈ ਤੁਹਾਨੂੰ ਵੈਬਸਾਈਟ ਡਿਫਰੈਂਟ ਵੈਬਸਾਈਟਸ ਦੇ ਜਿਹੜੇ ਹੈ ਮਿਲ ਜਾਣਗੇ ਇਹ ਤਾਂ ਹੋ ਗਏ ਸੋਰਸਸ ਦੇ ਗੱਲ ਠੀਕ ਹੈ ਕਿ ਕਿਹੜੇ ਕਿਹੜੇ ਸੋਰਸਸ ਆਪਾਂ ਰੈਫਰ ਕਰ ਸਕਦੇ ਹੈਗੇ ਆ ਉਹਨੇ ਦੇ ਨਾਲ ਦਾ ਨਾਲ ਤੁਹਾਨੂੰ ਮੈਂ ਇਹ ਵੀ ਦੱਸਿਆ ਕਿ ਕਿਵੇਂ ਪ੍ਰੀਪਰੇਸ਼ਨ ਕਰ ਸਕਦੇ ਹੋ ਹੁਣ ਮੈਂ ਸੈਪਰੇਟਲੀ ਜੀਕੇ ਜੀਐਸ ਵਾਸਤੇ ਸਪੈਸ਼ਲੀ ਤੁਹਾਡੇ ਵੀਡੀਓ ਬਣਾਉਂਗੀ ਮੈਨੂੰ ਪਤਾ ਹੈ ਬਾਕੀ ਸਾਰੇ ਜਿਹੜੇ ਆਪਾਂ ਸਬਜੈਕਟਸ ਕੀਤੇ ਉਹਨਾਂ ਚ ਐਨੀ ਦਿੱਕਤ ਨਹੀਂ ਹੋਈ ਹੁਣ ਸਪੋਜ਼ ਕਰੋ ਤੁਸੀਂ ਜਿਵੇਂ ਮੇਰੇ ਥਰੂ ਮੇਰੇ ਨਾਲ ਜਿਹੜਾ ਹੈ ਪੜਨਾ ਚਾਹੁੰਦੇ ਹੋ ਹਨਾ ਤੁਹਾਨੂੰ ਇੰਜ ਲੱਗਦਾ ਹੈ ਕਿ ਯਾਰ ਮੈਮ ਦਾ ਸਮਝਾਣਾ ਅੱਛਾ ਹੈ ਮੈਮ ਤੋਂ ਪੜਨਾ ਹੈ ਸਾਰਾ ਸਿਲੇਬਸ ਤਾਂ ਵਟ ਯੂ ਕੈਨ ਡੂ ਤੁਸੀਂ ਜਿਹੜਾ ਹੈ ਮੇਰੇ ਨਾਲ ਤੇ ਮੇਰੀ ਟੀਮ ਦੇ ਨਾਲ ਵੀ ਇਹ ਸਾਰਾ ਸਿਲੇਬਸ ਜਿਹੜਾ ਕੰਪਲੀਟ ਕਰ ਸਕਦੇ ਹੋ ਸਾਡੇ ਜਿਹੜਾ ਪੀਟ੍ਰੀਪਲ ਐਸਬੀ ਲੇਬਰ ਇਨਸਪੈਕਟਰ ਦਾ ਪਹਿਲੇ ਤੋਂ ਹੀ ਕੋਰਸ ਚੱਲ ਰਿਹਾ ਹੈ ਸਿਲੇਬਸ ਆਉਣ ਤੋਂ ਪਹਿਲਾਂ ਹੀ ਅਸੀਂ ਲਾਂਚ ਕਰ ਦਿੱਤਾ ਸੀ ਕਿਉਂਕਿ ਸਾਨੂੰ ਪਤਾ ਸੀਗਾ ਕਿ ਇਹ ਸਿਲੇਬਸ ਤਾਂ ਉਹੀ ਸੇਮ ਹੀ ਰਹਿਣਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਿਲੇਬਸ ਆ ਚੁੱਕਿਆ ਹੈ ਤੇ ਆਪਣਾ ਜਿਹੜਾ ਇਹ ਕੋਰਸ ਹੈਗਾ ਦੁਬਾਰਾ ਤੋਂ ਜਿਹੜਾ ਹੈ ਮਾਰਚ ਦੇ ਵਿੱਚ ਦੁਬਾਰਾ ਤੋਂ ਲਾਈਵ ਆਏਗਾ ਠੀਕ ਹੈ ऑलरेडी एक कोर्स अपना चल रहे हैं और यहाँ ईवली सस्ते दाम के भी मिलेगा पीटर पुल एस बी लेबर इंस्पैक्टर कंप्लीट बैच है जिसमें पंजाबी मैथ्स इंग्लिश जी के जी के जी एस ए मैं इकोनमिक्स पढ़ाऊंगी इनवायरमेंट पढ़ाऊँगी एहूँ ठीक है जोग्राफी मेरे तो पढ़ोंगी एंड तुम कह लो सैंस एंड टैक् चार सबजेक्ट्स मैं तहुन पढ़ाऊंगी बाकी सारे जेजेक्ट्स है मेरे न जो मेरे कोलीग्स है वो तो पढ़ाँगी जमें फतेह सर थोड़ा जी के एंड जी के एंड ऑल पढ़ा ठीक है ਅ ਇਸੇ ਤਰੀਕੇ ਦੇ ਨਾਲ ਮੈਥ ਰੀਜ਼ਨਿੰਗ ਵਾਸਤੇ ਵੀ ਅਲੱਗ ਟੀਚਰ ਹੈ ਇੰਗਲਿਸ਼ ਵਾਸਤੇ ਵੀ ਅਲੱਗ ਟੀਚਰ ਹੈ ਔਰ ਇਸ ਪੀਟਪੀਐਸਬੀ ਲੈਵਲ ਇੰਸਪੈਕਟਰ ਦਾ ਜਿਹੜਾ ਕੋਰਸ ਹੈ ਪੂਰਾ ਕੰਪਲੀਟ ਤੁਸੀਂ ਜਿਹੜਾ ਹੈ ਲੈ ਸਕਦੇ ਹੋ ਇਹਦੇ ਨਾਲ ਤੁਹਾਨੂੰ ਕੀ ਹੋਏਗਾ ਤੁਹਾਨੂੰ ਇੰਨੀ ਸਾਰੀ ਬੁੱਕਸ ਜਿਹੜੀਆਂ ਰੈਫਰ ਕਰਨੀਆਂ ਨਹੀਂ ਪੈਣਗੀਆਂ ਕਿਉਂਕਿ ਮੇਰੇ ਥਰੂ ਤੁਹਾਨੂੰ ਕਰਾਉਂਗੀ ਉਹ ਸਾਰਾ ਕੰਟੈਂਟ ਜਿਹੜਾ ਹੈ ਮੈਂ ਤੁਹਾਨੂੰ ਕਰਵਾ ਦਾਂਗੀ ਜੇ ਤੁਸੀਂ ਖੁਦ ਨਹੀਂ ਕਰ ਸਕਦੇ ਤਾਂ ਤੁਸੀਂ ਇਹ ਲੈ ਸਕਦੇ ਹੋ ਹੁਣ ਇਹ ਆਂਦੀ ਗੱਲ ਕਿ ਮੈਂ ਮੈਨੂੰ ਲੈ ਕੇ ਦੱਸ ਸਕਦੇ ਆ ਇਹਦਾ ਲਿੰਕ ਜਿਹੜਾ ਹੈ ਮੈਂ ਵੈਸੇ نیچے ਲਗਾ ਦਾਂਗੀ ਬਟ ਮੈਂ ਤੁਸੀਂ ਅਗਰ ਮੇਰੇ कुछ इंपॉर्टेंट आप डिस्काउंट जहाँ है रखा अगर तुम मेरी गाइडेंस केपोज पढ़ना चाहते हो मेरे न प्रिपरेशन जी स्टार्ट करना चाहते हो तो वट यू कैन डू तीस की कर सकते हो एक कूपन कोड का इतने इस्तेमाल कर सद जिमेंपन कोड है वाई एटी सैवनटी सैवन ठीक है हूँ तुम वाई एटी सैवनटी सैवन जो कूपन कोड लगाया इतने अप्लाई किया तो इतें ये जड़ा कोर्स है अठारह सौ चाली रुपये का पेगा वन एट फोर जीरो का ठीक है यदा जोड़ा लिंक है यदा जो लिंक है वैनी ज डक्रिप्शन के दे लगा देंगी तो बारह महीने की वैलिडिटी है रिकॉर्डिड क्लास भी मिलेगी सारी पीडियस एवरीथिंग तुम्हें मिलेगी मैं डेमो लैक्चरस भी तो प्रोवाइड कराँगी ठीक है थोड़े बहुत लैक्चर तो मेरे देखना कि मैं किस तरीके करती हूँ बाकी चैनल एनालाइज़ कर सदते होता तो पी ड्रपल एस बी लेबर सिस्टम की बारह महीने वैलिडिटी रहेगी आराम करंट अफेयर हर एक चीज़ें कवर होगी और ਇਹ ਕੋਡ ਜਿਹੜਾ ਹੈ ਅਪਲਾਈ ਕਰਕੇ ਤੁਹਾਨੂੰ 78% ਡਿਸਕਾਊਂਟ ਜਿਹੜਾ ਹੈ ਮਿਲ ਜਾਏਗਾ ਨੀਚੇ ਇਸ ਦਾ ਮੈਂ ਲਿੰਕ ਲਗਾ ਦਾਂਗੀ ਅਗਰ ਸਪੋਜ਼ ਤੁਸੀਂ ਸਰਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿੱਦਾਂ ਸਰਚ ਕਰ ਸਕਦੇ ਹੋ ਇੱਥੇ ਜਾਓਗੇ ਲਿਖੋ ਪੰਜਾਬ ਅਡਰ 247 ਜਿਵੇਂ ਇੱਥੇ ਮੈਂ ਸਰਚ ਕੀਤਾ ਪੰਜਾਬ ਅਡਰ 247 ਤਾਂ ਇੱਥੇ ਐਵੇਂ ਕੋਰਸ ਆ ਜਾਏਗਾ ਠੀਕ ਹੈ ਐਵੇਂ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਕੇ ਦੇ ਨਾਲ ਹੋਰ ਚੀਜ਼ ਹੈ ਜਿਵੇਂ ਆਪਾਂ ਗੱਲ ਕਰੀਏ ਜਿਹੜਾ ਸਾਡਾ ਪੰਜਾਬ ਦਾ ਮਹਾ ਪੈਕ ਹੈਗਾ ਅੱਜ ਪੰਜਾਬ ਦਾ ਮਹਾਪੈਕ ਕੀ ਹੈਗਾ ਇਹਦੇ ਵਿੱਚ ਸਾਰੇ ਕੋਰਸੇ ਸਾਡੇ ਮਿਲਦੇ ਚਾਹੇ ਕੋਈ ਵੀ ਕੋਰਸ ਲੈ ਲੋ ਦੋ ਤੁਸੀਂ ਇੱਕ ਸਾਲੀ ਕਿਸੇ ਵੀ ਕੋਰਸ ਲਈ ਪ੍ਰੈਪਰੇਸ਼ਨ ਕਰੋਗੇ ਨਾ ਤੁਸੀਂ ਸਾਰਾ ਦੇਖ ਸਕਦੇ ਹੋ ਇਹ ਪੰਜਾਬ ਦਾ ਮਹਾਪੈਕ ਜਿਹੜਾ ਹੈ ਅੱਜ ਇਹਦੇ ਤੇ ਆਫਰ ਚੱਲ ਰਿਹਾ ਹੈ ਠੀਕ ਹੈ ਕੱਲ ਸ਼ਾਇਦ ਨਹੀਂ ਹੋਏਗਾ ਇਸ ਕਰਕੇ ਹਜੇ ਮੈਂ ਤੁਹਾਨੂੰ ਇਹਦੇ ਬਾਰੇ ਨਹੀਂ ਦੱਸ ਰਹੀ ਅਗਲੀ ਵੀਡੀਓ ਦੇ ਵਿੱਚ ਜਿਹੜਾ ਹੈ ਇਹਦੇ ਬਾਰੇ ਮੈਂ ਦੱਸਾਂਗੀ ਬਟ ਅਗਰ ਅੱਜ ਤੁਸੀਂ ਲੈਣੇ ਹੋ ਤਾਂ ਇਹਦੇ ਵਿੱਚ ਆਫਰ ਇਹ ਹੈ ਕਿ 3200 ਰੁਪਏ ਦਾ ਹੁੰਦਾ ਹੈ ਠੀਕ ਹੈ ਆਪਾਂ ਇਹਨੂੰ ਇੱਕ ਵਾਰ ਲੈ ਲਿਆ ਸਬਸਕ੍ਰਿਪਸ਼ਨ ਲੈ ਲਈ ਕਿ ਅੱਡਾ 247 ਜਿੰਨੇ ਵੀ ਕੋਰਸੇ ਆਏ ਠੀਕ ਹੈ ਉਹ ਸਾਰੇ ਦੇ ਸਾਰੇ ਕੋਰਸਸ ਆਪਾਂ ਇਹਦੇ ਥਰੂ ਦੇਖ ਸਕਦੇ ਆ ਸਾਨੂੰ ਐਕਸਟਰਾ ਪੈਸੇ ਪੇ ਕਰਨ ਦੀ ਲੋੜ ਨਹੀਂ ਹੈ ਇਹ ਕੁਝ ਇਸ ਤਰੀਕੇ ਦਾ ਹੈ ਤੇ ਜਿਹੜਾ ਪੰਜਾਬ ਦਾ ਮਹਾਪੈਕ ਹੈ ਠੀਕ ਹੈ ਇਹਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਆਪਾਂ ਇਹਨੂੰ ਬਾਏ ਕਰਦੇ ਆ ਤੇ ਔਨ ਅਨ ਐਵਰੇਜ ਇਹ ਹਰ ਦਿਨ ਜਿਹੜਾ ਹੈ 3200 ਰੁਪਏ ਦਾ ਹੁੰਦਾ ਹੈ ਬਟ ਜਦੋਂ ਅੱਜ ਦੇ ਦਿਨ ਆਪਾਂ ਬਾਏ ਕਰਾਂਗੇ ਇਹ ਤੁਹਾਨੂੰ 1840 ਰੁਪਏ ਦਾ ਪਵੇਗਾ ਜਿੰਨੇ ਦਾ ਤੁਹਾਡਾ ਕੋਰਸ ਹੈ ਤੇ ਅਗੇਨ ਤੁਸੀਂ ਕੀ ਕਰ ਸਕਦੇ ਹੋ ਇਹਦੇ ਲਈ वाई एटी सैवनटी सैवन जो है लगा के तुम तो कोड लगा के जड़ा है इसनों परचेज कर सकते हो एक गल होर है तो जो है नीचे डिस्क्रिप्शन कमेंट्स के टेलीग्राम लिंक लगावगी उ जाके टेलीग्राम से ज्वाइन कर लेना सो दट जोड़े सारे सोर्स है वो मैं तुम्हें दस देव उत्थे ही जो भी पी डी एफ्स वगैरह जोड़ी शेयर होंगी उ अपनी होंगे ने ठीक है जी तो, तो महापैक भी जोड़ा है ले सकते हो ओके और लैना कि मैं तुम्हें जो है दस दिता है कि बई जिमें जाऊँगे इतने कोर्ट जर उ मिल जाएगा बाकी थोड़ी अपनी इच्छा है मैं तुम्हें फ्री दे भी दस दते पेड सोर्सिज भी दस 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 दिए ठीक है सो थैंक यू वेरी मच आई होप यू लाइक द सेशन इन द नैक्सट अपकमिंग वीडियो आई विल लैट यू नो किस तरीके जी एस द या बाकी सब्जेक्ट्स की आपका प्रिपरेशन जोड़ी है स्टार्ट कर सकते हैं यही अपनी स्ट्रैटजी होनी चाहिए यही अपने सोर्सिज होने चाहिए स्टार्टिंग सूँ इदा ही करनी है थैंक यू वेरी मच